ਤੇ ਆ ਭੱਜਿਆ ਫਿਰਦਾ ਇਹਨੂੰ ਫੜਨਗੇ ਪਹਿਲਾਂ ਬਾਈ ਠੀਕ ਹੈ ਠੀਕ ਹੈ ਠੀਕ ਹੈ ਉਹ ਫੜ ਲਿਆ ਫੜਦਾ ਫੜਦਾ ਲੈ ਵੀ ਅਭੀ ਜੀ ਦੇਖੋ ਜੀ ਉਹ ਉਹ ਜਾਈ ਯਾਰ ਕੰਫਰਟੇਬਲੀ ਬੈਠ ਗਏ ਹੋ ਵੈਰੀ ਕੰਫਰਟੇਬਲ ਵੈਰੀ ਗੁੱਡ ਬਾਈ ਜੀ ਲਓ ਵੀ ਆਪਾਂ ਬਾਈ ਸੋਕਰਾਂ ਦੀਆਂ ਸਾਰੀਆਂ ਵੀਡੀਓ ਦੇਖਦੇ ਹਾਂ ਅਤੇ ਬਾਈ ਨੂੰ ਅੱਜ ਆਪਾਂ ਧੱਕੇ ਨਾਲ ਲੈ ਕੇ ਆਏ ਹਾਂ ਕਿਉਂਕਿ ਬਾਈ ਨੇ ਪੰਜਾਬ ਦੇ ਵਿੱਚ ਇੰਨੀਆਂ ਵਧੀਆ ਵਧੀਆ ਲੋਕੇਸ਼ਨਸ ਦਿਖਾ ਦੀਆਂ ਸਾਡੇ ਤਾਂ ਘਰੇ ਕਲੇਸ਼ ਪੈ ਗਿਆ ਬਾਈ ਕਹਿੰਦੇ ਤੁਸੀਂ ਸਾਨੂੰ ਕਦੇ ਲੈ ਕੇ ਕਿਉਂ ਨਹੀਂ ਗਏ ਅਤੇ ਮੈਂ ਬਾਈ ਨੂੰ ਕਿਹਾ ਮੈਂ ਕਿਹਾ ਬਾਈ ਹੁਣ ਤੂੰ ਮੈਨੂੰ ਨੈਕਸਟ ਟਾਈਮ ਲੈ ਕੇ ਜ਼ਰੂਰ ਜਾਣਾ ਵਾ ਅਤੇ ਬਾਈ ਲੈ ਕੇ ਆਇਆ ਨਵੀਂ ਲੋਕੇਸ਼ਨ 'ਤੇ ਇਹ ਸਾਰਾ ਜੀ ਕਿਡ ਜ਼ੋਨ ਬਣਿਆ ਹੋਇਆ ਕਿਉਂਕਿ ਚਲੋ ਹੁਣ ਥੋੜ੍ਹੀ ਗਰਮੀ ਹੈ ਪਰ ਜੇ ਮੌਸਮ ਚੰਗਾ ਹੋਵੇ ਤਾਂ ਇੱਥੇ ਐਕਟੀਵਿਟੀਜ਼ ਬਹੁਤ ਵਧੀਆ ਹੋ ਜਾਂਦੀਆਂ ਬੱਚਿਆਂ ਦੀਆਂ ਇਹ ਨਾ ਸੋਚੋ ਆਪਾਂ ਤੁਹਾਨੂੰ ਆਹ ਦੇਖੋ ਹੁਣ ਸਾਰਾ ਜੋ ਵੀ ਦਿਖਾਇਆ ਇਹ ਨਾ ਸੋਚਿਓ ਵੀ ਤੁਹਾਨੂੰ ਕਿਸੇ ਸਟੱਡ ਫਾਰਮ ਦੇ ਵਿੱਚ ਲਏ ਆਏ ਇਹ ਬੇਸਿਕਲੀ ਇੱਕ ਪ੍ਰੋਪਰਟੀ ਹੈ ਅਤੇ ਇਹ ਇੱਕ ਆਪਾਂ ਕਿਉਂਕਿ ਪੰਜਾਬ 'ਚ ਫਿਰਦੇ ਹਾਂ ਪੰਜਾਬ ਦੇ ਲੋਕ ਸ਼ੌਕੀਨ ਹੁੰਦੇ ਆ ਰੱਖਦੇ ਆ ਹੈ ਨਾ ਹਰ ਤਰ੍ਹਾਂ ਦੇ ਘੋੜੇ ਅਤੇ ਕਬੂਤਰ ਠੀਕ ਹੈ ਉਹ ਇਸੇ ਕਰਕੇ ਇਸ ਪ੍ਰੋਪਰਟੀ ਦੇ ਉੱਤੇ ਆ ਵੇਖੋ ਖਰਗੋਸ਼ ਆ ਕਿਆ ਬਾਤ ਹੈ ਯਾਰ ਆ ਖਰਗੋਸ਼ ਰੱਖੇ ਹੋਏ ਆ ਦੇਖੋ ਦੇਖੋ ਖੁਸ਼ ਹੋ ਗਏ ਵੈਰੀ ਗੁੱਡ ਔਸਮ ਵਾਹ ਜੀ ਵਾਹ ਯਾਰ ਇਹ ਚੀਜ਼ ਦੀ ਪਾਲਣਾ ਪੋਸ਼ਣਾ ਕਰਨੀ ਬਹੁਤ ਔਖੀ ਆ ਵੇਖੋ ਵੱਡੇ ਆ ਥੋੜ੍ਹੇ ਖਰਗੋਸ਼ ਇਹ ਚੀਜ਼ ਦੀ ਪਾਲਣਾ ਪੋਸ਼ਣਾ ਕਰਨੀ ਹੀ ਬਹੁਤ ਔਖੀ ਆ ਵਾਹ ਜੀ ਵਾਹ ਬੇਸਿਕਲੀ ਆਪਾਂ ਇੱਕ ਪ੍ਰੋਪਰਟੀ ਦੇ ਬਾਰੇ ਤੁਹਾਨੂੰ ਦੱਸ ਰਹੇ ਹਾਂ ਅਤੇ ਇਹ ਸਾਰੀ ਪ੍ਰੋਪਰਟੀ ਆ ਜਿਹੜੀ ਇਹ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਆ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਆਪਾਂ ਇਹਨੂੰ ਬਾਹਲਾ ਨਹੀਂ ਆਪਾਂ ਲੰਬਾ ਕਰਾਂਗੇ ਵੀਡੀਓ ਨੂੰ ਇਹ 'ਚ ਇਨਫੋਰਮੇਟਿਵ ਰੱਖਾਂਗੇ ਥੋੜ੍ਹੀ ਅਤੇ ਸਾਰਾ ਦੱਸਦੇ ਹਾਂ ਤੁਹਾਨੂੰ ਲਓ ਵੀ ਹਜੇ ਮਨਰਾਜ ਤਾਂ ਛੁੱਟੀ ਆ ਉਹ ਤਾਂ ਇਹ ਟਾਸਕ ਕਰ ਨਹੀਂ ਸਕਦੀ ਥੋੜ੍ਹਾ ਕਹਿ ਲਓ ਵੀ ਇੱਕ ਏਜਡ ਬੱਚੇ ਵਾਸਤੇ ਇਹ ਐਕਟੀਵਿਟੀ ਆ ਅਤੇ ਪਰ ਕਾਫੀ ਵਧੀਆ ਜੇ ਅਸੀਂ ਸ਼ਾਇਦ ਹੁੰਦੇ ਹਲਕੇ ਫੁਲਕੇ ਤਾਂ ਅਸੀਂ ਵੀ ਟਰਾਈ ਕਰਦੇ ਪਰ ਹੁਣ ਤਾਂ ਹੈਵੀ ਵੇਟ ਗੱਡੀਆਂ ਅਤੇ ਹੁਣ ਤਾਂ ਇਹ ਸਾਡੇ ਵੱਸ ਦੀਆਂ ਗੱਲਾਂ ਨਹੀਂ ਆ ਦੇਖੋ ਤੁਸੀਂ ਜਦੋਂ ਜਿੰਮ ਵਗੈਰਾ ਲਾਉਂਦੇ ਸੀ ਜਦੋਂ ਅਸੀਂ ਗੇਮਾਂ ਖੇਡਦੇ ਸੀ ਨਾ ਉਦੋਂ ਇਹੋ ਜਿਹਾ ਮਾਹੌਲ ਸਾਡੇ ਲਈ ਬੜਾ ਇੱਕ ਪਿਆਰਾ ਜਿਹਾ ਹੁੰਦਾ ਸੀ ਸਾਨੂੰ ਐਂ ਲੱਗਦਾ ਸੀ ਵੀ ਇੱਥੇ ਕੁਛ ਕੁ ਕਰ ਸਕਦੇ ਸਰੀਰਕ ਸਮਰੱਥਾ ਆਪਦੀ ਪਰਖ ਸਕਦੇ ਹਾਂ ਹੁਣ ਤਾਂ ਸਰੀਰਕ ਸਮਰੱਥਾ ਨੂੰ ਨਹੀਂ ਪਰਖ ਸਕਦੇ ਪਰ ਇਹ ਵਧੀਆ ਬਣਿਆ ਹੋਇਆ ਆ ਦੇਖੋ ਹਰ ਚੀਜ਼ ਦਾ ਇੱਕ ਮੁੱਲ ਹੁੰਦਾ ਇੱਕ ਪ੍ਰਾਈਜ਼ ਹੁੰਦਾ ਉਹ ਪ੍ਰਾਈਜ਼ ਵੀ ਕੈਨ ਨੋਟ ਵੀ ਇਹ ਇਕੱਲਾ ਮਤਲਬ ਵੀ ਰੁਪੀਜ਼ ਜਾਂ ਡੋਲਰਸ ਦੇ ਵਿੱਚ ਹੋਊਗਾ ਪ੍ਰਾਈਜ਼ ਹੁੰਦਾ ਵੀ ਮਤਲਬ ਇਹ ਉਹ ਤੁਹਾਨੂੰ ਮਿਲਿਆ ਕੀ ਆ ਉਹਦੇ ਬਦਲੇ ਵਿੱਚ ਉਹਦੀ ਵੈਲਿਊ ਕੀ ਆ ਮੇਨ ਪ੍ਰਾਈਜ਼ ਦਾ ਮਤਲਬ ਵੈਲਿਊ ਹੁੰਦਾ ਬੇਸਿਕਲੀ ਅਤੇ ਦੇਖੋ ਉਹ ਕਬੂਤਰ ਰੱਖੇ ਹੋਏ ਆ ਇੱਧਰ ਵੀ ਇਹ ਸੇਮ ਐਕਟੀਵਿਟੀਜ਼ ਹੈਗੀਆਂ ਇਹ ਤਾਂ ਇੱਦਾਂ ਲੱਗਦਾ ਜਿਵੇਂ ਕਿਸੇ ਕੋਈ ਆਰਮੀ ਜ਼ੋਨ ਹੋਵੇ ਖੁਸ਼ੀ ਹੁੰਦੀ ਹੈ ਜਦੋਂ ਕੋਈ ਆਪਦੀ ਸਟੇਟ ਦੀ ਕੋਈ ਪ੍ਰੋਪਰਟੀ ਸ਼ੇਅਰ ਕਰਦੇ ਆ ਨਾ ਤੁਹਾਡੇ ਨਾਲ ਇਹ ਤਾਂ ਵੱਖਰਾ ਇੱਕ ਹੈਗਾ ਜੋ ਸਕੂਨ ਮਿਲਦਾ ਵੀਡੀਓ ਸ਼ੂਟ ਕਰਦੇ ਸਮੇਂ ਮਿਲਦਾ ਹੈਗਾ ਉਹ ਵੱਖਰਾ ਆਹ ਦੇਖੋ ਤੁਸੀਂ ਅੱਜ ਦੀ ਮਾਰਾਮਾਰੀ ਇੰਨੀ ਵੱਧ ਚੁੱਕੀ ਹੈ ਦੁਨੀਆਦਾਰੀ ਬੰਦਾ ਸੋਚਦਾ ਯਾਰ ਇਹ ਪ੍ਰੋਪਰਟੀ ਜਾਨਵਰਾਂ ਵਾਸਤੇ ਕਿਉਂ ਰੱਖਣੀ ਇਹ ਕੋਈ ਐਕਟੀਵਿਟੀ ਵਾਸਤੇ ਕਿਉਂ ਰੱਖਣੀ ਇਹਦੀ ਵੈਲਿਊ ਜ਼ਿਆਦਾ ਆ ਅਤੇ ਇਹੋ ਜਿਹੇ ਟਾਈਮ ਦੇ ਵਿੱਚ ਜੇ ਕੋਈ ਬੰਦੇ ਨੇ ਇਹੋ ਜਿਹਾ ਇਨਵਾਇਰਮੈਂਟ ਬਣਾਇਆ ਹੋਇਆ ਉਹ ਵੀ ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚ ਤਾਂ ਬੰਦਾ ਯਾਰ ਦਿਲੋਂ ਆ ਦਿਲੋਂ ਕੁਛ ਦੇਣਾ ਚਾਹੁੰਦਾ ਵਾ ਅਤੇ ਦਿਲੋਂ ਕੁਛ ਦਿਖਾਉਣਾ ਚਾਹੁੰਦਾ ਵਾ ਅਤੇ ਇਹ ਚੀਜ਼ਾਂ ਕਿਰਦਾਰ ਨੂੰ ਵੀ ਮੈਂ ਦੱਸਦੀਆਂ ਨੇ ਕਿਉਂਕਿ ਬਹੁਤ ਬਾਹਰ ਬਾਹਰ ਹੀ ਹੈ ਇੱਕ ਤਰ੍ਹਾਂ ਦੀ ਜਗ੍ਹਾ ਇਹ ਇੰਨੀ ਆਪਾਂ ਕਹਿ ਵੀ ਨਹੀਂ ਸਕਦੇ ਪੂਰੀ ਕਮਰਸ਼ੀਅਲ ਹੈ ਪਰ ਜੇ ਕਿਸੇ ਬੰਦੇ ਨੇ ਇੰਨੀ ਜਗ੍ਹਾ ਇਹ ਕੁਦਰਤ ਦੇ ਨੁਮਾਇੰਦਿਆਂ ਵਾਸਤੇ ਛੱਡੀ ਹੋਈ ਆ ਤਾਂ ਮੇਰੇ ਲਈ ਬਹੁਤ ਵੱਡੀ ਗੱਲ ਹੋ ਜਾਂਦੀ
ਮੋਸਟਲੀ ਲੁਧਿਆਣੇ ਦੇ ਜਿਹੜੇ ਹੈਗੇ ਲੁਧਿਆਣੇ ਦੇ ਨੇੜੇ ਤੇੜੇ ਦੇ ਲੋਕ ਆਉਂਦੇ ਹੋਣੇ ਬਾਈ ਇੱਥੇ ਹੈ ਨਾ, ਕਿਉਂਕਿ ਹਜੇ ਜ਼ਿਆਦਾ ਪਾਪੂਲਰ ਨਹੀਂ ਹੈ। ਕਾਰ ਲਾਈ ਆ ਬਾਈ ਉਹ ਪਾਰਕਿੰਗ ਆ, ਠੀਕ ਹੈ, ਉਸ ਤੋਂ ਅੱਗੇ ਤਾਂ ਨਹੀਂ ਕੁਛ ਹੈਗਾ, ਠੀਕ ਹੈ। ਇਹ ਸਾਰਾ ਏਰੀਆ ਜਾਣੀ ਜਿਹੜਾ ਇਹਦੀ ਟੇਕ ਇਹਦੇ ਕਰਨ ਲਈ ਬੰਦੇ ਤੁਹਾਡੇ ਰੱਖੇ ਹੋਏ ਆ ਹੈ ਨਾ। ਇਹ ਠਾਰ ਦਿੰਦਾ ਹੋਣਾ ਤੁਹਾਨੂੰ ਤੜਕੇ ਤਿੰਨ ਚਾਰ ਵਜੇ ਵਾਂਗਾਂ ਦੇ ਦੇ ਕਿ ਨਹੀਂ, 6 ਵਜੇ ਉਹ ਸਾਰਾ ਦੇਖਣਾ ਪੈਂਦਾ ਨਾ ਕੰਮ ਕਾਰ। ਸਾਡੇ ਨਾਲ ਇੱਥੋਂ ਦੇ ਮੇਨ ਸ਼ੈਫ ਖੜੇ ਆ ਅਤੇ ਆਪਾਂ ਇਹਨਾਂ ਡਿਮਾਂਡ ਕੀਤੀ ਹੈ ਸਾਨੂੰ ਵਧੀਆ ਜੀ ਜਿਹੜੀ ਇੱਥੋਂ ਦੀ ਸਪੈਸ਼ਲ ਡਿਸ਼ ਆ ਉਹ ਟਰਾਈ ਕਰਾਓ। ਕਹਿੰਦੇ ਬਾਈ, ਕਹਿੰਦੇ ਬੈਠੋ ਅਤੇ ਆ ਜਾਓ ਕਰੋ ਸਾਡੇ ਨਾਲ। ਚੱਲੀਏ ਜੀ ਫਿਰ ਆਪਾਂ। ਚੱਲੀਏ ਸਰ। ਚਲੋ ਜੀ ਆਓ ਜੀ, ਚਲੋ ਚਲੋ ਜੀ ਆ ਜਾਓ ਸੌਖਿਆਂ ਨੂੰ ਬਾਈ। ਅੱਛਾ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ ਜੀ? ਠੀਕ ਹੈ ਸਰ। ਜੋਤੀ ਮਾਂਗੜ ਜੀ, ਦੇਖੋ ਜੀ ਇਹ ਇੱਕ ਕੋਈ ਬਿਜ਼ਨਸ ਨਹੀਂ ਹੁੰਦਾ, ਕਿਸੇ ਜਗ੍ਹਾ ਨੂੰ ਖੂਬਸੂਰਤ ਬਣਾਉਣਾ ਬਿਜ਼ਨਸ ਨਹੀਂ ਹੁੰਦਾ, ਸ਼ੌਂਕ ਹੁੰਦੇ ਆ। ਉਹਨਾਂ ਨੇ ਸ਼ੌਂਕ ਨਾਲ ਇਹ ਪ੍ਰੋਪਰਟੀ ਬਹੁਤ ਵਧੀਆ ਬਣਾਈ ਹੈ ਅਤੇ ਇਹ ਚੀਜ਼ਾਂ ਦਾ ਕੋਈ ਮੁੱਲ ਨਹੀਂ। ਜਿੱਥੇ ਗੱਲ ਸ਼ੌਂਕ ਦੀ ਆ ਜਾਂਦੀ ਆ ਉੱਥੇ ਗੱਲ ਵੈਲਿਊ ਜਿਹੜੀ ਸ਼ੌਂਕ ਹੀ ਹੁੰਦਾ, ਥੋੜ੍ਹੀ ਹੋਬੀ ਹੀ ਹੁੰਦੀ ਆ, ਹੈ ਨਾ ਬਾਈ ਜੀ? ਅਤੇ ਇੱਥੇ ਹੁਣ ਆਪਾਂ ਇਹਨਾਂ ਕੋਲ ਬੈਠਾਂਗੇ, ਦੇਖਦੇ ਇੱਥੋਂ ਹੀ ਚੰਗੀ ਡਿਸ਼ ਖਾਂਦੇ ਹਾਂ ਅਤੇ ਉਹ ਵੀ ਉਹਦੇ ਬਾਰੇ ਵੀ ਤੁਹਾਨੂੰ ਦੱਸਦੇ ਹਾਂ, ਸਾਰਾ ਕੁਝ ਦੱਸਦੇ ਹਾਂ। ਚਲੋ ਇੱਧਰ ਦੀ ਚੱਲਦੇ ਹਾਂ ਜੀ। ਚਲੋ ਜੀ ਚਲੋ, ਇਹ ਮੇਨ ਐਂਟਰੀ ਇੱਧਰ ਦੀ, ਆਪਾਂ ਉਹ ਸਾਈਡ ਤੋਂ ਆਏ ਹੈਗੇ ਹਾਂ। ਇੱਧਰ ਦੇਖੋ ਆ ਪਾਰਕ ਬਣਿਆ ਹੋਇਆ ਛੋਟਾ ਜਿਹਾ, ਹੋਰਸ ਸ਼ੂ ਕੈਫੇ ਹੈ ਨਾ, ਸੋਹਣਾ ਨਾਂ ਰੱਖਿਆ ਹੋਇਆ ਯਾਰ। ਚਲੋ ਜੀ ਚਲੋ ਚਲੋ, ਇਹ ਆ ਗਿਆ ਜੀ ਕੈਫੇ, ਵਧੀਆ ਬਣਿਆ ਹੋਇਆ। ਕੈਫੇ ਚੱਲਦੇ ਹਾਂ ਹੁਣ ਆਪਾਂ, ਇਹਨਾਂ ਨੂੰ ਲਾਇਆ ਵੈਲਕਮ ਟੂ ਹੋਸਟ ਕੈਫੇ। ਓਕੇ, ਅੱਜ ਦਾ ਇਹ ਮੈਨਿਊ ਇਹਨਾਂ ਦਾ। ਲੈ ਵੀ ਫਿਸ਼ ਵੀ ਰੱਖੀਆਂ ਹੋਈਆਂ ਉਹਦੀਆਂ, ਕਿਆ ਬਾਤ ਹੈ ਯਾਰ। ਹੈ ਅਤੇ ਪਾਣੀ ਯੂਜ਼ ਕਰਦੇ ਹਾਂ ਵੈਸੇ ਫਿਸ਼ ਲਈ ਹੋਈ ਹੈ ਬਈ? ਨਹੀਂ ਸਰ, ਮਤਲਬ ਹਫ਼ਤਾ ਮੈਂ 2 ਵਾਰ ਚੈਨ ਕਰ ਦਿੰਦੇ ਹਾਂ। ਠੀਕ ਹੈ ਜਾਨੀ, ਇਹ ਫਰੈਸ਼ ਰੱਖਦੇ ਹੋ? ਯੈਸ, ਅਗਰ ਫਰੈਸ਼ ਨਹੀਂ ਰੱਖੇ ਤਾਂ ਮੱਛੀ। ਵਾਹ ਜੀ ਵਾਹ, ਇਹ ਉੱਪਰ ਜਾ ਸਕਦੇ ਹਾਂ ਤੁਸੀਂ ਉੱਪਰ, ਵੈਸੇ ਛਾਤੀ ਆਪਾਂ ਜਾਵਾਂਗੇ ਨਹੀਂ, ਹੁਣ ਆਪਾਂ ਚੱਲਦੇ ਹਾਂ ਅੰਦਰ। ਚਲੀਏ ਜੀ, ਇਹ ਬੜੀ ਫਿਸ਼ ਹੈ, ਛੋਟੀ ਹੈ। ਓਕੇ, ਛੋਟੀ ਫਿਸ਼ ਹੈ? ਯੈਸ। ਅੱਛਾ, ਉਹ ਫਿਸ਼ ਪੋਰਟ ਆ ਗਿਆ ਤਾਂ, ਠੀਕ ਹੈ। ਓਕੇ, ਇਹ ਫਿਸ਼ ਪੋਰਟ ਹੈ, ਚਲੋ ਕੋਈ ਗੱਲ ਨਹੀਂ, ਚਲੀਏ ਜੀ ਅੰਦਰ। ਹਾਂਜੀ ਚਲੋ ਜੀ ਚਲੋ। ਲਓ ਜੀ ਆਓ ਹੁਣ ਅੰਦਰ। ਵਾਹ ਜੀ ਵਾਹ, ਦੇਖੋ ਤੁਸੀਂ ਐਂਬੀਅੰਸ ਜਗ੍ਹਾ ਦਾ, ਸੋਹਣਾ ਬਣਿਆ ਹੋਇਆ ਸਾਰਾ ਕੁਛ ਗਿਆ। ਫਾਰਮ ਹਾਊਸ ਹੈ ਇੱਕ ਤਰ੍ਹਾਂ ਦਾ ਇਹ। ਵਾਹ ਜੀ ਵਾਹ, ਬਾਈ ਨੇ ਏਸੀ ਦੇ ਸਾਹਮਣੇ ਵਾਲੀ ਸੀਟ ਵੇਖ ਲਓ ਜਮਾਂ ਹਾਲੇ ਵੀ, ਅਜੇ ਕਿਉਂਕਿ ਆਪਾਂ ਗਰਮੀ ਹੈ ਨਾ ਇੱਥੇ। ਠੀਕ ਹੈ, ਵਧੀਆ ਚੋਇਸ ਹੈ। ਲਾਉਣ ਮੈਂ ਉੱਪਰ ਨਹੀਂ ਵੇਖਿਆ ਸੀਗਾ, ਮੈਂ ਵਿਊ ਦੇਖਿਆ ਸੀਗਾ। ਹਾਂ, ਇਹ ਵਿਊ ਦਾ ਯਾਰ ਆ, ਵੇਖੋ ਦੀ ਵਿਊ, ਮੈਂ ਵਿਊ ਦੇਖਿਆ ਸੀ ਉੱਪਰ ਨਹੀਂ ਵੇਖਿਆ ਸੀਗਾ। ਵਿਊ ਤਾਂ ਹੈ ਹੀ ਆ, ਵੇਖੋ ਦੀ ਵਿਊ ਪਹਿਲਾਂ ਵੇਖ ਲਓ, ਪਹਿਲਾਂ ਵਿਊ ਹੈ ਹੀ ਆ।
ਤੁਹਾਨੂੰ ਦੱਸਿਆ ਇੱਥੇ ਵੀ ਤੁਸੀਂ ਐਕਟੀਵਿਟੀਜ਼ ਵੀ ਕਰ ਸਕਦੇ ਹੋ ਅਤੇ ਹੁਣ ਆਪਾਂ ਥੋੜ੍ਹੀਆਂ ਐਕਟੀਵਿਟੀਜ਼ ਵੀ ਕਰਾਂਗੇ ਖਾਣਾ ਇਹਨਾਂ ਦਾ ਬੇਮਿਸਾਲ ਸੀ ਬਹੁਤ ਸਵਾਦ ਸੀ ਬਹੁਤ ਅੱਛਾ ਸੀ ਇਹ ਚੀਨ ਨੂੰ ਇਹਨਾਂ ਸਮਝ ਲਓ ਵੀ ਪ੍ਰਮੋਸ਼ਨ ਵਾਲਾ ਕੋਈ ਵਾਕਈ ਹੀ ਚੰਗਾ ਸੀ ਸਟਾਫ ਇਹਨਾਂ ਦਾ ਦੇਖੋ ਹਜੇ ਤੱਕ ਸਾਡੇ ਨਾਲ ਫਿਰ ਰਿਹਾ ਅਤੇ ਹੁਣ ਆਪਾਂ ਤੁਹਾਨੂੰ ਥੋੜ੍ਹੀਆਂ ਇੱਥੋਂ ਦੀਆਂ ਐਕਟੀਵਿਟੀਜ਼ ਆ ਜਿਹੜੀਆਂ ਉਹ ਕਰਦੇ ਹਾਂ ਆਪਾਂ ਜਿਵੇਂ ਹੋਰਸ ਰਾਈਡਿੰਗ ਕੈਮਲ ਰਾਈਡਿੰਗ ਇਹ ਦੇਖਦੇ ਹਾਂ ਆਪਾਂ ਹਜੋ ਇਹ ਸਾਰਾ ਜਿਹੜਾ ਏਰੀਆ ਇਹਦੇ ਵਿੱਚ ਬਈ ਰਾਈਡਿੰਗ ਵਾਸਤੇ ਆਪਣੇ ਕੋਲ ਕਿੰਨੇ ਨੇ ਰਾਈਡਿੰਗ ਵਾਸਤੇ ਵੀਰੇ 2 ਨੇ ਓਕੇ ਤੇ ਉਹ ਟੋਟਲ ਆਪਣੇ ਕੋਲ ਕਿੰਨੇ ਨੇ 17 ਨੇ ਉਹ ਪਿੱਛੇ ਉਹਨਾਂ ਦਾ ਬਣਿਆ ਹੋਇਆ ਆ ਸਾਰਾ ਤੇ ਉਧਰ ਉਹ ਹੈਗਾ ਤੇ ਹੁਣ ਆਪਾਂ ਰਾਈਡ ਕਰਦੇ ਆ ਇਹਦੀ ਉਹ ਦੇਖੋ ਤੁਸੀਂ ਆਪਣਾ ਰਾਈਡ ਵਾਸਤੇ ਤਿਆਰ ਕਰਨਗੇ ਉਹ ਕਾਠੀ-ਕੂਠੀ ਲਾਉਣਗੇ ਉਤੇ ਹਾਰਸ ਤੇ ਆ ਪਿੱਛੇ ਇਹਨਾਂ ਦਾ ਹਾਰਸ ਜਿਹੜੇ ਹੈਗੇ ਇਹਨਾਂ ਨੇ ਦੱਸਿਆ ਕਾਫੀ ਗਿਣਤੀ ਦੇ ਵਿੱਚ ਇਹਨਾਂ ਕੋਲੇ ਇਹ ਪਿੱਛੇ ਬਣੇ ਹੋਏ ਇਧਰ ਟਾਈਮ ਇੱਕ ਆ ਛੋਟਾ ਜਿਹੜਾ ਵਛੇਰਾ ਫਿਰਦਾ ਹੈ ਅਤੇ ਆਪ ਭੱਜਿਆ ਫਿਰਦਾ ਇਹਨੂੰ ਫੜਨਗੇ ਪਹਿਲਾਂ ਕਿਉਂਕਿ ਡਿਸਟਰਬ ਕਰ ਰਿਹਾ ਕਿਉਂਕਿ ਜਦੋਂ ਆ ਰਾਈਡ ਕਰਾਂਗੇ ਤਾਂ ਫਿਰ ਇਹ ਏਰੀਏ ਦੇ ਵਿੱਚ ਆਪਣਾ ਹੀ ਉਹ ਹੋਣਾ ਚਾਹੀਦਾ ਹਾਰਸ ਉਹ ਵੇ ਅਤੇ ਫੜਨਾ ਮੇਲਾ ਤਾਂ ਬਈ ਘੰਟਾ ਲੱਗ ਜਾਂਦਾ ਹੋਣਾ ਇਹਨੂੰ ਫੜਨ ਦੇ ਅੱਛਾ ਇਹਨੂੰ ਕਿਵੇਂ ਫੜਾਂਗੇ ਫਿਰ ਆਪਾਂ ਫੜਨ ਵਾਸਤੇ ਅੱਛਾ ਮਾਹਰ ਆ ਬੰਦਾ ਲੈ ਵੀ ਇਹ ਵੀ ਚੀਜ਼ ਦੇਖਣ ਵਾਲੀ ਆ ਕਰਨਗੇ ਕਾਬੂ ਆ ਗਿਆ ਜ਼ੋਨ 'ਚ ਆ ਗਿਆ ਬਾਈ ਠੀਕ ਹੈ ਠੀਕ ਹੈ ਠੀਕ ਹੈ ਉਹ ਫੜ ਲਿਆ ਫੜ ਲਿਆ ਫੜ ਲਿਆ ਲੈ ਵੀ ਆ ਵੀ ਜੀ ਦੇਖੋ ਤੁਸੀਂ ਉਹ ਉਹ ਜਾ ਯਾਰ ਮੁੰਡਿਆ ਹਾਸੇ ਛੁੱਟ ਗਿਆ ਕਹਿੰਦਾ ਤਿਆਰ ਆ ਬਾਈ ਘੋੜਾ ਆਪਣਾ ਪਾਤੀ ਕਾਠੀ ਕੁੱਠੀ ਲੈ ਵੀ ਟਿਕਟ ਦਿਓ ਬਾਈ ਇੱਕ ਮਿੰਟ ਬਾਈ ਤੈਨੂੰ ਟਿਕਟ ਦਿੰਦੇ ਆ ਵਾਕਈ ਗੱਲ ਸਹੀ ਹੈ ਸਿਆਣੇ ਕਹਿੰਦੇ ਉਦੋਂ ਹੀ ਕਹਿੰਦੇ ਵੀ ਪਸਲੀਆਂ ਦੁਖਦੀਆਂ ਬਾਅਦ ਚੋਂ ਜਦੋਂ ਤੁਸੀਂ ਰਾਈਡ ਕਰਦੇ ਆ ਕੰਫਰਟੇਬਲ ਵੈਰੀ ਕੰਫਰਟੇਬਲ ਜਲਾਵਰ ਹੈ ਜੀ ਨਾ ਕਿਹਦਾ ਚੀਜ਼ ਆ ਜਲਾਵਰ ਅੱਜ ਆਪਾਂ ਨੂੰ ਸੁੱਖ ਦੇ ਰਿਹਾ ਹੋਰਸ ਰਾਈਡ ਦਾ ਜਲਾਵਰ ਦੇ ਆਪਾਂ ਸਵਾਰ ਆ ਦਿਲਾਵਰ ਨੂੰ ਆਪਾਂ ਸ਼ੁਕਰ ਗੁਜ਼ਾਰ ਹਾਂ ਦਿਲਾਵਰ ਦੇ ਜਿਹਨੇ ਹੋਰਸ ਰਾਈਡ ਦਾ ਸਾਨੂੰ ਮਜ਼ਾ ਦਿੱਤਾ ਓਕੇ ਓਕੇ ਸਰ ਇਹ ਠੀਕ ਹੈ ਬ੍ਰਦਰ ਥੈਂਕ ਯੂ ਲਓ ਵੀ ਦੋਸਤੋ ਕੈਮਲ ਰਾਈਡ ਵੀ ਅਸੀਂ ਕੀਤੀ ਅਤੇ ਹੋਰਸ ਰਾਈਡ ਦਾ ਤੁਸੀਂ ਜ਼ਰੂਰ ਆਨੰਦ ਲਿਆ ਹੋਣਾ ਅਤੇ ਉਹ ਜਿਹੜੀ ਪ੍ਰੋਪਰਟੀ ਹੈ ਸਾਰੀ ਤੁਸੀਂ ਦੇਖ ਲਈ ਹੈ ਵਧੀਆ ਲੱਗੀ ਹੋਈ ਤਾਂ ਸ਼ੇਅਰ ਕਰਿਓ ਲਾਈਕ ਕਰਿਓ ਜੁੜੇ ਰਹੋ ਯੋਧਾ ਫਿਲਮ ਚੈਨਲ ਦੇ ਨਾਲ ਅਤੇ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਜ਼ਰੂਰ ਕਰ ਦਿਓ ਜੇ ਚੰਗੀ ਲੱਗੀ ਤਾਂ ਥੈਂਕ ਯੂ ਵੈਰੀ ਮੱਚ